ਸ਼ੁਕਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਦੇਖੋ ਪੰਜਾਬ ਪਟਵਾਰੀ ਦੇ ਰਿਗਾਰਡਿੰਗ ਆਪਾਂ ਡਾਇਰੈਕਟ ਐਗਜ਼ਾਮ ਓਰੀਐਂਟਡ ਟੌਪਿਕ ਵਾਈਜ਼ ਜਿਹੜੀ ਕਲਾਸਿਸ ਸਟਾਰਟ ਕੀਤੀ ਹੋਈ ਹੈ ਕੱਲ ਵੀ ਆਪਾਂ ਕਲਾਸ ਸਟਾਰਟ ਕੀਤੀ ਸੀ ਉਹ ਵੀ ਵੈਰੀ ਇੰਪੋਰਟੈਂਟ ਹੈ ਤੇ ਅੱਜ ਦੀ ਕਲਾਸ ਜਿਹੜੀ ਸਿਨੇਮਾ ਐਂਡ ਲਿਟਰੇਚਰ ਦੇ ਵਿੱਚ ਦੋ ਜਾਂ ਤਿੰਨ ਕੁਐਸਚਨ ਤੁਹਾਨੂੰ ਐਗਜ਼ਾਮ ਵਿੱਚ ਪੱਕਾ ਹਰ ਐਗਜ਼ਾਮ ਵਿੱਚ ਦੇਖਣ ਨੂੰ ਮਿਲਦੇ ਨੇ ਤੇ ਇਸ ਵੀਡੀਓ ਵਿੱਚ 2023 ਦੇ ਸਿਨੇਮਾ ਐਂਡ ਲਿਟਰੇਚਰ ਦੇ ਆਲ ਪੁਆਇੰਟ ਆਲ ਕੁਐਸ਼ਨਸ ਇਨਕਲੂਡ ਨੇ ਬਸ ਇਹ ਥਿਊਰੀ ਇੱਕ ਵਾਰੀ ਰੀਡ ਕਰ ਲੋ ਤੁਹਾਡੇ ਮਾਈਂਡ ਵਿੱਚ ਸੈੱਟ ਕਰ ਲੋ ਇੱਕ ਕੁਐਸ਼ਨ ਜਾਂ ਦੋ ਕੁਐਸ਼ਨ ਇਸ ਪੀਡੀਐਫ ਵਿੱਚੋਂ ਹੀ ਆ ਜਾਣਗੇ ਠੀਕ ਹੈ ਹੈਂਡ ਮੇਡ ਨੋਟਸ ਨੇ ਇਹ ਇੱਕ ਵਾਰੀ ਧਿਆਨ ਨਾਲ ਪੜ੍ਹ ਲਓ ਸਾਰਾ ਕੁਝ ਚੰਗੀ ਤਰ੍ਹਾਂ ਸਮਝ ਆ ਜਾਏਗਾ ਦੇਖੋ ਸਟਾਰਟ ਕਰੀਏ ਜਿਆਦਾ ਟਾਈਮ ਵੇਸਟ ਨਹੀਂ ਕਰਦੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲੋ ਓਕੇ ਤੇ ਆਪਾਂ ਸਟਾਰਟ ਕਰੀਏ cinema and literature ਸਭ ਤੋਂ ਪਹਿਲੇ ਕੀ ਆ ਓਸਕਰ ਕਿਉਂਕਿ ਹਾਲ ਹੀ ਵਿੱਚ ਇੰਡੀਆ ਨੇ ਓਸਕਰ ਜਿੱਤਿਆ ਠੀਕ ਹੈ ਇੰਡੀਅਨ ਫਿਲਮ ਨੇ ਓਸਕਰ ਜਿੱਤਿਆ ਤਾਂ ਕਰਕੇ ਵੈਰੀ ਇੰਪੋਰਟੈਂਟ ਹੋ ਜਾਂਦਾ ਓਸਕਰ ਬਾਰੇ एग्जाम ਵਿੱਚ ਪੱਕਾ ਦੋ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਤਾਂ ਪੁਆਇੰਟ ਯਾਦ ਕਰ ਲਓ ਬਸ ਰਾਈਟ ਡਾਊਨ ਕਰੋ ਤੇ ਓਸਕਰ ਅਵਾਰਡ ਨੂੰ ਅਕੈਡਮੀ ਅਵਾਰਡ ਵੀ ਕਿਹਾ ਜਾਂਦਾ ਹੈ ਠੀਕ ਹੈ एग्जाम ਵਿੱਚ ਜੇ ਕੁਐਸਚਨ ਬਣਦਾ ਹੈ ਕਿ ਓਸਕਰ ਅਵਾਰਡ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਤਾਂ ਅਕੈਡਮਿਕ ਅਵਾਰਡ ਨਾਮ ਨਾਲ ਵੀ ਜਾਣਿਆ ਜਾਂਦਾ ਠੀਕ ਹੈ ਪੁਆਇੰਟ ਨੰਬਰ 2 ਦੀ ਗੱਲ ਕਰੀਏ ਓਸਕਰ ਅਵਾਰਡ ਅਮ ਬੈਸਟ ਫਿਲਮ ਨੂੰ ਦਿੱਤਾ ਜਾਂਦਾ ਠੀਕ ਹੈ ਮਤਲਬ ਕਿ ਜਿਹੜੀ ਬੈਸਟ ਫਿਲਮ ਉਹਦੇ ਫਿਲਮ ਦੇ ਖੇਤਰ ਵਿੱਚ ਮੂਵੀ ਦੇ ਖੇਤਰ ਵਿੱਚ ਇਹ ਨਾਮ ਦਿੱਤਾ ਜਾਂਦਾ ਇਸ ਤੋਂ ਬਾਅਦ ਪੁਆਇੰਟ ਨੰਬਰ 3 ਦੀ ਗੱਲ ਅਮਰੀਕਾ ਦੀ ਅਕੈਡਮਿਕ ਆਫ ਮੋਸ਼ਨ ਪਿਕਚਰ ਆਰਟ ਐਂਡ ਸਾਇੰਸ ਵੱਲੋਂ ਇਹ ਅਵਾਰਡ ਹੈ ਜਿਹੜਾ ਦਿੱਤਾ ਜਾਂਦਾ ਦੇਖੋ ਇਹ ਅਕੈਡਮਿਕ ਆਫ ਮੋਸ਼ਨ ਪਿਕਚਰ ਆਰਟ ਐਂਡ ਸਾਇੰਸ ਇਹ ਇੱਕ ਸੰਸਥਾ ਉਹਨਾਂ ਦੀ ਫਿਲਮ ਬਣਾਉਂਦੀ ਹੈ ਠੀਕ ਹੈ ਇਸ ਵੱਲੋਂ ਹੀ ਜਿਹੜਾ ਆਫਸਰਾ ਬੋਰਡ ਆਯੋਜਿਤ ਕਰਵਾਇਆ ਜਾਂਦਾ ਯਾਦ ਰੱਖਿਓ ਇਹ ਵੀ ਐਗਜ਼ਾਮ ਦੇ ओरिएंटेड ਹੈ ਠੀਕ ਹੈ ਐਗਜ਼ਾਮ ਵਿੱਚ ਪੁੱਛੀ ਜਾਂਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਇਸ ਵਾਰ ਦਾ ਨੈਕਸਟ ਪੁਆਇੰਟ ਦੀ ਗੱਲ ਕਰੀਏ ਆਪਾਂ ਪਹਿਲੀ ਵਾਰ 16 ਮਈ 1929 ਨੂੰ ਔਸਕਰ ਅਵਾਰਡ ਸਟਾਰਟ ਹੋਇਆ ਸੀ ਠੀਕ ਹੈ 16 ਮਈ ਇਹ ਡੇਟ ਯਾਦ ਰੱਖਿਓ ਐਗਜ਼ਾਮ ਵਿੱਚ ਕਈ ਵਾਰ ਕੁਮਾਫਿਰ ਅਗੇ ਕੁਐਸਚਨ ਪੁੱਛ ਲੈਂਦੇ ਨੇ ਮੋਸਟਲੀ ਤਾਂ ਕਿ ਇਹ 2023 ਵਿੱਚ ਜਿਹੜੀ ਆਪਣੀ ਫਿਲਮਸ ਆਰ ਆਰ ਨੇ ਔਸਕਰ ਅਵਾਰਡ ਜਿੱਤਿਆ ਸੀ ਉਸ ਬਾਰੇ ਹੀ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲੇਗਾ ਬਟ ਇਹ ਵੀ ਐਡੀਸ਼ਨਲ ਇਨਫੋਰਮੇਸ਼ਨ ਹੈ ਯਾਦ ਰੱਖਿਓ 16 ਮਈ 1929 ਇਸ ਵੀ ਤੋਂ ਸਟਾਰਟ ਹੋਇਆ ਸੀ ਔਸਕਰ ਬਾਡ ਠੀਕ ਹੈ ਪੁਆਇੰਟ ਨੰਬਰ 3 ਦੀ ਗੱਲ ਕਰੀਏ 2023 ਵਿੱਚ ਔਸਕਰ ਅਵਾਰਡ ਦਾ 95ਵਾਂ ਸੰਸਕਰਨ ਸੀ ਠੀਕ ਹੈ 95ਵਾਂ ਸੰਸਕਰਨ ਸੀ ਇਹ ਮੈਦਲਿਪ ਐਡੀਸ਼ਨ ਸੀ ਪੰਜਵਾਂ ਜਿਹੜਾ 2023 ਵਿੱਚ ਔਸਕਰ ਅਵਾਰਡ ਹੋਇਆ ਸੀ ਇਸ ਤੋਂ ਬਾਅਦ ਨੈਕਸਟ ਪੁਆਇੰਟ ਦੀ ਗੱਲ ਕਰੀਏ ਭਾਰਤ ਵਿੱਚ ਪਹਿਲਾ ਔਸਕਰ ਅਵਾਰਡ 1983 ਇਸਵੀ ਵਿੱਚ ਪਹਿਲਾ ਔਸਕਰ ਅਵਾਰਡ ਦੀ ਗੱਲ ਹੋ ਰਹੀ ਹੈ ਤੇ ਭਾਰਤ ਨੇ ਪਹਿਲਾ ਔਸਕਰ ਅਵਾਰਡ 1983 ਇਸਵੀ ਵਿੱਚ ਭਾਨੂ ਅਥਈਆ ਨੂੰ ਮਿਲਿਆ ਸੀ ਠੀਕ ਹੈ ਕਿਹੜੀ ਮੂਵੀ ਵਾਸਤੇ ਮਿਲੇ ਸੀ ਗਾਂਧੀ ਮੂਵੀ ਵਾਸਤੇ ਮਿਲਿਆ ਸੀ ਠੀਕ ਹੈ ਤੇ ਬੈਸਟ ਡਰੈਸ ਕੋਸਟਿਊਮ ਵਾਸਤੇ ਹੀ ਅਵਾਰਡ 1983 ਇਸ ਵੀ ਵਿੱਚ ਪਾਨੂੰ ਅਥਈਆ ਨੂੰ ਦਿੱਤਾ ਗਿਆ ਸੀ ਠੀਕ ਹੈ ਯਾਦ ਰੱਖੋ ਐਗਜ਼ਾਮ ਓਰੀਐਂਟਡ ਹੈ ਇਸ ਤੇ ਆਪਾਂ ਸਟਾਰਕ ਮਾਰਕ ਕਰ ਲੈਣੀ ਹੈ ਠੀਕ ਹੈ ਹੈਸ਼ਟੈਗ ਮਾਰਕ ਕਰ ਲੈਣੀ ਆ ਇਸ ਤੋਂ ਵੱਧ ਗੱਲ ਕਰੀਏ ਓਸਕਰ ਅਵਾਰਡ ਵਿੱਚ ਨੋਮੀਨੇਟ ਹੋਣ ਵਾਲੀ ਪਹਿਲੀ ਫਿਲਮ ਮਦਰ ਇੰਡੀਆ ਸੀ ਦੇਖੋ ਜਿੱਤਿਆ ਤਾਂ ਪਾਨੂੰ ਅਥਈਆ ਨੇ ਸੀ ਤੇ ਫਿਲਮ ਕਿਹੜੀ ਨੋਮੀਨੇਟ ਹੋਈ ਸੀ ਹਾਲਾਂਕਿ ਜਿੱਤੀ ਨਹੀਂ ਸੀ ਮਦਰ ਇੰਡੀਆ ਜਸਤ ਇਸ ਨੂੰ ਨਾਮਿਤ ਕਿ ਨਾਮਜ਼ਦ ਕੀਤਾ ਗਿਆ ਸੀ ਠੀਕ ਹੈ ਤਾਂ ਮਦਰ ਇੰਡੀਆ ਸੀ ਫਿਲਮ ਜਿਸ ਨੂੰ ਸਭ ਤੋਂ ਪਹਿਲਾਂ ਓਸਕਰ ਅਵਾਰਡ ਵਿੱਚ ਨੋਮੀਨੇਟ ਕੀਤਾ ਗਿਆ ਸੀ ਤੇ ਇਸ ਦੇ ਨਿਰਦੇਸ਼ਕ ਕੌਣ ਸੀ ਮਹਿਬੂਬ ਖਾਨ ਇਨ ਡੀਪਲੀ ਕੁਐਸਚਨ ਇਹ ਪੁੱਛਦੇ ਬਟ ਇਹ ਮਦਰ ਇੰਡੀਆ ਫਿਲਮ ਯਾਦ ਰੱਖੋ ਨੋਮੀਨੇਟ ਹੋਣ ਵਾਲੀ ਪਹਿਲੀ ਫਿਲਮ ਸੀ ਬਟ ਮਦਰ ਇੰਡੀਆ ਨੇ ਓਸਕਰ ਅਵਾਰਡ ਜਿੱਤੇ ਨਹੀਂ ਸੀ ਓਕੇ ਇਹ ਵੀ ਯਾਦ ਰੱਖੋ ਇਸ ਤੋਂ ਬਾਅਦ ਗੱਲ ਕਰਦੇ 2030 ਤੇ ਆ ਜਾਂਦੇ ਆਪਾਂ 2023 ਵਿੱਚ ਫਿਲਮ RR ਸਾਊਥ ਦੀ ਮੂਵੀ ਹੈ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਕਿਨੇ ਕਿਨੇ ਇਹ ਫਿਲਮ ਦੇਖਿਆ ਮੈਂ ਵੀ ਦੇਖਿਆ ਕਾਫੀ ਸੋਹਣੀ ਫਿਲਮ ਹੈ ਠੀਕ ਹੈ 2023 ਵਿੱਚ ਫਿਲਮ RR ਦੇ ਗਾਣੇ 나ਟੂ 나ਟੂ ਗਾਣਾ ਇੱਕ ਠੀਕ ਹੈ ਉਸਨੇ ਪਹਿਲਾਂ ਦਾ ਕ੍ਰਿਟਿਕਸ ਚੋਇਸ ਅਵਾਰਡ ਜਿੱਤਿਆ ਇਸ ਬਾਰੇ ਨਹੀਂ ਇਗਜ਼ਾਮ ਵੀ ਤੁਹਾਡੇ ਤੋਂ ਪੁੱਛਿਆ ਜਾਵੇਗਾ ਠੀਕ ਹੈ ਬਸ ਐਡੀਸ਼ਨਲ ਇਨਫੋਰਮੇਸ਼ਨ ਹੈ ਉਸ ਤੋਂ ਬਾਅਦ ਕ੍ਰਿਟਿਕਸ ਚੋਇਸ ਅਵਾਰਡ ਜਿੱਤਣ ਤੋਂ ਬਾਅਦ ਉਸ ਤੋਂ ਬਾਅਦ 골ਡਨ ਗਲੋਵਸ ਅਵਾਰਡ ਵੀ 나ਟੂ 나ਟੂ ਗਾਣੇ ਨੂੰ ਮਿਲਿਆ ਤੇ ਇਸ ਤੋਂ ਬਾਅਦ ਮਿਲੇ ਇਸ ਨੂੰ ਔਸਕਰ ਅਵਾਰਡ ਠੀਕ ਹੈ ਇਸ ਤੋਂ ਬਾਅਦ ਇਸ ਨੂੰ ਔਸਕਰ ਅਵਾਰਡ ਲਈ ਭੇਜਿਆ ਗਿਆ ਤੇ ਉਹ ਵੀ ਇਸ ਨੇ ਜਿੱਤਿਆ ਠੀਕ ਹੈ ਹੁਣ ਕੁਐਸਚਨ ਗੱਦੀ ਗੱਲ ਕਰੀਏ ਔਸਕਰ ਅਵਾਰਡ ਦੀ ਸ਼ੁਰੂਆਤ ਕਦੋਂ ਹੋਈ ਸੀ 16 ਮਈ 1929 ਵਿੱਚ ਹੋਈ ਸੀ ਕੁਐਸਚਨ ਨੰਬਰ 2 ਦੀ ਗੱਲ ਕਰੀਏ ਮਾਰਚ 2023 ਵਿੱਚ ਔਸਕਰ ਅਵਾਰਡ ਦੇ ਕਿਹੜਾ ਸੰਸਕਰਨ ਸੀ ਦੇਖੋ ਮੈਂ ਉੱਪਰ ਤੁਹਾਨੂੰ ਦੱਸਿਆ ਸੀ ਇਸ ਦਾ ਆਨਸਰ ਤੁਸੀਂ ਵੀਡੀਓ ਵਿੱਚ ਕਮੈਂਟ ਕਰਕੇ ਮੈਨੂੰ ਦੱਸ ਦਿਓ ਕਿ ਕਿਹੜਾ ਸੰਸਕਰਨ ਸੀ 2023 ਵਿੱਚ ਜਿਹੜਾ ਔਸਕਰ ਅਵਾਰਡ ਹੋਇਆ ਸੀ ਕਮਾ ਐਡੀਸ਼ਨ ਸੀ ਉਹ ਠੀਕ ਹੈ ਵੀਡੀਓ ਵਿੱਚ फटाफट ਕਮੈਂਟ ਕਰ ਦਿਓ ਇਸ ਤੋਂ ਬਾਅਦ ਗੱਲ ਕਰੀਏ ਕੁਐਸਚਨ ਨੰਬਰ 3 ਦੀ ਕੁਐਸਚਨ ਨੰਬਰ 3 2023 ਵਿੱਚ ਔਸਕਰ ਅਵਾਰਡ ਸਮਾਰੋਹ ਕਿੱਥੇ ਆਯੋਜਿਤ ਕੀਤਾ ਗਿਆ ਸੀ एग्जाम ਵਿੱਚ ਇਸ ਤਰ੍ਹਾਂ ਦੇ ਘੁਮਾ ਫਿਰਾ ਕੇ ਕੁਐਸਚਨ ਕਈ ਵਾਰ ਪੁੱਛ ਲੈਂਦੇ ਨੇ ਠੀਕ ਹੈ ਯਾਦ ਰੱਖੋ ਲਾ ਯਾਨੀ ਲਾਸ ਐਂਜਲਸ ਅਮਰੀਕਾ ਵਿੱਚ ਇਹ ਆਯੋਜਿਤ ਕੀਤਾ ਗਿਆ ਸੀ ਠੀਕ ਹੈ ਕੁਐਸਚਨ ਨੰਬਰ 4 ਦੀ ਗੱਲ ਕਰੀਏ 2023 ਦਾ ਔਸਕਰ ਅਵਾਰਡ ਸਮਾਰੋਹ ਨੂੰ 호ਸਟ ਕਿਸ ਦੇ ਦੁਆਰਾ ਕੀਤਾ ਗਿਆ ਸੀ 호ਸਟ ਮਤਲਬ ਕਿ ਜਿਹੜਾ ਕਮੈਂਟਰੀ ਕਰਦਾ ਹੁੰਦਾ ਹੈ ਸਟੇਜ ਤੇ ਖੜ ਕੇ ਤਾਂ ਉਸ ਦੀ ਗੱਲ ਹੋ ਰਹੀ ਹੈ ਇਹਨਾਂ ਡੀਪ ਕੁਐਸਚਨ ਨਹੀਂ ਆਵੇਗਾ ਜੀਮੀ ਕੈਮਬਲੀ ਨਾਮ ਦਾ ਕੋਈ ਹਾਲੀਵੁੱਡ ਐਕਟਰ ਹੈ ਇਸ ਨੇ 호ਸਟ ਕੀਤਾ ਸੀ ਔਸਕਰ ਵੋਟ ਠੀਕ ਹੈ ਫਿਰ ਵੀ ਯਾਦ ਰੱਖ ਲਓ ਤੁਸੀਂ ਵੈਸੇ ਐਗਜ਼ਾਮ ਵਿੱਚ ਨਹੀਂ ਪੁੱਛਿਆ ਜਾਵੇਗਾ ਇਹ ਕੁਐਸਚਨ ਨੰਬਰ 5 ਦੀ ਗੱਲ ਕਰੀਏ ਔਸਕਰ ਵੋਟ 2023 ਦੀ ਬੈਸਟ ਡਾਕੂਮੈਂਟਰੀ ਸ਼ਾਰਟ ਫਿਲਮ ਕਿਹੜੀ ਸੀ ਇਸ ਤਰ੍ਹਾਂ ਦੇ ਕੁਐਸਚਨ ਦੇਖੋ ਪੁੱਛੇ ਜਾਂਦੇ ਨੇ ਐਗਜ਼ਾਮ ਵਿੱਚ ਠੀਕ ਹੈ 2023 ਓਸਕਰ ਅਵਾਰਡ ਵਿੱਚ 베ਸਟ ਡਾਕੂਮੈਂਟਰੀ ਸ਼ਾਰਟ ਫਿਲਮ ਦੀ ਸ਼ਾਰਟ ਫਿਲਮ ਅਵਾਰਡ ਕਿਸ ਭਾਰਤੀ ਫਿਲਮ ਨੇ ਜਿੱਤਿਆ ਸੀ ਇਹ ਦਾ এলিਫੈਂਟ ਵਿਸਪਰਰ ਹੈ ਠੀਕ ਹੈ ਇਹ ਫਿਲਮ ਦਾ ਨਾਮ ਯਾਦ ਰੱਖੋ ਇਗਜ਼ਾਮ ਵਿੱਚ ਪੱਕਾ ਇਸ ਤਰ੍ਹਾਂ ਕੋਸ਼ਿਸ਼ ਨੂੰ ਬਣੇਗਾ ਤੁਹਾਨੂੰ ਦਾ এলিਫੈਂਟ ਵਿਸਪਰਰ ਜਿਹੜੀ ਕਿ ਹਿੰਦੀ ਸ਼ਾਰਟ ਮੂਵੀ ਹੈ ਠੀਕ ਹੈ ਸ਼ਾਰਟ ਫਿਲਮ ਹੈ ਤਾਂ ਇਸ ਨੂੰ 2023 ਦਾ 베ਸਟ ਡਾਕੂਮੈਂਟਰੀ ਓਸਕਰ ਅਵਾਰਡ ਮਿਲਿਆ ਠੀਕ ਹੈ ਤੇ ਇਸ ਦਾ ਨਿਰਦੇਸ਼ਕ ਕਈ ਵਾਰ ਇਗਜ਼ਾਮ ਵਿੱਚ ਜੇ ਪੁੱਛ ਲਈ ਤਾਂ 카르틱 ਗੋਸਵਾਮੀ ਹੈ ਇਹ ਵੀ ਤੁਸੀਂ ਯਾਦ ਰੱਖ ਲਓ ਠੀਕ ਹੈ 카르틱 ਗੋਸਵਾਮੀ ਨੇ ਇਹ ਫਿਲਮ ਬਣਾਈ ਸੀ এলিਫੈਂਟ ਵਿਸਪਰਰ ਠੀਕ ਹੈ ਕੁਐਸਚਨ ਨੰਬਰ 6 ਦੀ ਗੱਲ ਕਰੀਏ ਔਸਕਰ ਅਵਾਰਡ 2023 ਵਿੱਚ ਕਿਸ ਭਾਰਤੀ ਗਾਣੇ ਨੇ ਬੈਸਟ オリジナル Song ਲਈ ਅਵਾਰਡ ਮਿਲਿਆ ਤਾਂ ਜਿਵੇਂ ਇੱਕ ਮੈਂ ਤੁਹਾਨੂੰ ਦੱਸ ਚੁੱਕਿਆ ਨਾਟੂ ਨਾਟੂ ਗਾਣਾ ਫਿਲਮ RR ਦਾ ਇਸ ਦਾ ਸਿੰਗਰ ਕੌਣ ਹੈ ਕੇ ਕਿਰਵਾਨੀਆ ਠੀਕ ਹੈ ਤੇ ਨਿਰਦੇਸ਼ਕ ਕੌਣ ਹੈ ਅਸਸ ਰਾਜਾ ਮੋਲੀ ਜਿਸ ਨੇ ਬਹੁ ਬੋਲੀ ਫਿਲਮ ਵੀ ਬਣਾਈ ਸੀ ਠੀਕ ਹੈ ਯਾਦ ਰੱਖ ਲਿਓ ਵਸੇ ਇਗਜ਼ਾਮ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜ਼ਰੂਰ ਜਾਂਦੇ ਹਨ ਕੁਐਸਚਨ ਨੰਬਰ ਸਾਦੀ ਗੱਲ ਕਰੀਏ ਔਸਕਰ 2023 ਵਿੱਚ ਬੈਸਟ ਪਿਕਚਰ ਅਵਾਰਡ ਕਿਸ ਨੇ ਜਿੱਤਿਆ ਸੀ ਤਾਂ एवरीथिंग एवरीवेयर 올 ਐਟ ਵਾਂਸ ਠੀਕ ਹੈ ਹਾਲੀਵੁੱਡ ਫਿਲਮ ਕੋਈ ਹੈ ਇਸ ਨੂੰ ਬੈਸਟ ਪਿਕਚਰ ਅਵਾਰਡ ਮਿਲੇ ਸੀ ਠੀਕ ਹੈ ਇਹ ਯਾਦ ਰੱਖ ਲੋ ਉਸ ਕਲੀ ਤੇ ਇਸ ਦੇ ਨਿਰਦੇਸ਼ਕ ਯਾਦ ਨਹੀਂ ਵਸੇ ਡੈਨੀਅਲ ਕਵਾਨ ਹੈ ਇਗਜ਼ਾਮ ਵਿੱਚ ਨਹੀਂ ਆਵੇਗਾ ਬਟ ਫਿਰ ਵੀ ਐਡੀਸ਼ਨਲ ਇਨਫੋਰਮੇਸ਼ਨ ਹੈ ਤੁਸੀਂ ਨੋਟ ਕਰ ਲਿਓ ਕਵੈਸਚਨ ਨੰਬਰ 8 ਦੀ ਗੱਲ ਕਰੀਏ ਓਸਕਰ 2023 ਦੀ ਬੈਸਟ ਐਨੀਮੇਟਡ ਮੂਵੀ। ਦੇਖੋ ਇਹੇ ਕਵੈਸਚਨ ਵੀ ਪੱਕਾ ਇਮਤਿਹਾਨ ਵਿੱਚ ਬਣ ਸਕਦਾ ਐਨੀਮੇਟਡ ਮੂਵੀ ਐ। ਤਾਂ ਬੈਸਟ ਐਨੀਮੇਟਡ ਕਿਹੜੀ ਸੀ? ਪਿਨਾਚਿਓ ਨਾਮਕ ਮੂਵੀ ਸੀ ਜਿਸ ਦੇ ਨਿਰਦੇਸ਼ਕ ਕੌਣ ਸੀ? ਬੈਨ ਸ਼ਾਰਪਸਟਿਨ ਤੇ ਬਿਲ ਰੋਵਰਸ। ਠੀਕ ਹੈ ਇਹ ਦੋ ਨਾਮ ਨੇ ਇਹਨਾਂ ਨੇ ਇਹ ਫਿਲਮ ਬਣਾਈ ਸੀ ਪਿਨਾਚਿਓ। ਬਸ ਤੁਸੀਂ ਇਹ ਯਾਦ ਰੱਖਿਓ ਪਿਨਾਚਿਓ ਠੀਕ ਹੈ ਤੇ ਕੁਐਸਚਨ ਨੰਬਰ ਆਪਾਂ 9 ਦੀ ਗੱਲ ਕਰੀਏ ਨੈਕਸਟ ਔਸਕਰ 2023 ਦੀ ਬੈਸਟ ਲਗੂ ਫਿਲਮ ਐਨੀਮੇਟਡ ਅਵਾਰਡ ਲਗੂ ਦਾ ਮਤਲਬ ਕਿ ਛੋਟੀ ਫਿਲਮ ਐਨੀਮੇਟਡ ਅਵਾਰਡ ਕਿਹਨੇ ਜਿੱਤਿਆ ਸੀ ਦਾ ਬாய் ਦਾ ਮਾਲ ਦਾ ਫੌਕਸ ਦਾ ਹੌਰਸ ਇਹ ਚਾਰ ਨਾਮ ਨੇ ਇਹ ਇੱਕ ਫਿਲਮ ਦਾ ਨਾਮ ਹੈ ਦਾ ਬாய் ਮਾਲ ਫੌਕਸ ਤੇ ਹੌਰਸ ਇਸ ਨੂੰ ਲਗੂ ਫਿਲਮ ਦਾ ਅਵਾਰਡ ਔਸਕਰ ਅਵਾਰਡ ਮਿਲਿਆ ਸੀ ਇਹ ਵੀ ਵੈਰੀ ਇੰਪੋਰਟੈਂਟ ਹੈ ਐਗਜ਼ਾਮ ਔਰ ਇੰਟਰਟਡ ਹੈ ਠੀਕ ਹੈ ਤਾਂ ਕਰਕੇ ਯਾਦ ਰੱਖੋ ਕਵਸਚਨ ਨੰਬਰ 16 ਦੀ ਗੱਲ ਕਰੀਏ ਓਸਕਰ ਅਵਾਰਡ 2023 ਦਾ ਨਿਰਦੇਸ਼ਕ ਅਵਾਰਡ ਕਿਸ ਨੂੰ ਮਿਲਿਆ ਸੀ ਮਤਲਬ ਬੈਸਟ ਡਾਇਰੈਕਟਰ ਦਾ ਅਵਾਰਡ ਕਿਸ ਨੂੰ ਮਿਲਿਆ ਸੀ ਡੈਨੀਅਲ ਕਵਾਨ ਨੂੰ ਮਿਲਿਆ ਸੀ ਠੀਕ ਹੈ ਇਹ ਦੋ ਨਾਮ ਆ ਦੇਖੋ ਡੈਨੀਅਲ ਯਾਦ ਰੱਖੋ ਡੋਨ ਡੈਨੀਅਲ ਕਵਾਨ ਤੇ ਡੈਨੀਅਲ ਸਕੈਟਰਨ ਠੀਕ ਹੈ ਤੇ ਇਸ ਨੂੰ ਕਿਹੜੀ ਮੂਵੀ ਵਾਸਤੇ ਮਿਲਿਆ ਸੀ एवरीथिंग 에ਵਰੀਵੇਅਰ ਆਲ ਐਟ ਵਾਂਸ ਮੂਵੀ ਵਾਸਤੇ ਇਹ ਅਵਾਰਡ ਮਿਲਿਆ ਸੀ ਬੈਸਟ ਨਿਰਦੇਸ਼ਕ ਅਵਾਰਡ ਮਿਲਿਆ ਸੀ ਠੀਕ ਹੈ ਕਵੈਸਚਨ ਨੰਬਰ 17 ਦੀ ਗੱਲ ਕਰੀਏ ਓਸਕਰ 2023 ਬੈਸਟ ਮੇਲ ਐਕਟਰ ਅਵਾਰਡ ਮੇਲ ਐਕਟਰ ਜਿਹੜਾ ਮੇਲ ਹੀਰੋ ਅਵਾਰਡ ਦੀ ਗੱਲ ਹੋ ਰਹੀ ਹੈ ਤਾਂ ਬ੍ਰੈਡਨ ਫਰੇਜ਼ਰ ਨੂੰ ਮਿਲਿਆ ਸੀ ਠੀਕ ਹੈ ਕਿਹੜੀ ਫਿਲਮ ਵਿੱਚ ਤੇ ਦਾ ਵੇਲ ਨਾਮਕ ਫਿਲਮ ਸੀ ਹਾਲੀਵੁੱਡ ਦੀ ਹਾਲੀਵੁੱਡ ਦਾ ਹੀ ਐਕਟਰ ਐਸਨ ਓਸਕਰ ਅਵਾਰਡ ਮੇਨ ਐਕਟਰ ਅਵਾਰਡ ਮਿਲਿਆ ਸੀ ਉਸ ਦਾ ਤੇ ਇਸ ਤੋਂ ਬਾਅਦ ਮੇਨ ਐਕਟ੍ਰੈਸ ਦਾ ਅਵਾਰਡ ਕਿਹਨੂੰ ਮਿਲਿਆ ਸੀ ਮਿਸ਼ੇਲ ਯੋਹ ਨਾਮਕ ਕੋਈ ਹੀਰੋਇਨ ਹੈ ਹਾਲੀਵੁੱਡ ਦੀ ਠੀਕ ਹੈ ਇਸ ਨੂੰ ਬੈਸਟ ਐਕਟਰੈਸ ਦਾ ਅਵਾਰਡ ਮਿਲਿਆ ਸੀ ఎవਰੀਥਿੰਗ ਏਵਰੀਵੇਅਰ ਫਿਲਮ ਬਸ ਤੇ ਠੀਕ ਹੈ ਕੁਐਸਚਨ ਨੰਬਰ 18 ਦੀ ਗੱਲ ਕਰੀਏ ਓਸਕਰ 2023 ਵਿੱਚ ਬੈਸਟ ਸਹਾਇਕ ਐਕਟਰ ਅਵਾਰਡ ਕਿਸ ਨੂੰ ਮਿਲਿਆ ਸੀ ਮਤਲਬ ਜੂਨੀਅਰ ਸਹਾਇਕ ਐਕਟਰ ਉਹ ਸੂ ਐਕਟਰ ਹੁੰਦੇ ਨੇ ਤਾਂ ਉਹ ਕਿਹਨੂੰ ਮਿਲੇ ਸੀ ਤਾਂ ਕੇਕਵਾਨ ਤੇ ਜੈਮਲੀ ਕਰਟਾਸ ਨੂੰ ਮਿਲਿਆ ਸੀ ਠੀਕ ਹੈ ਇਹ ਹੀ ਬਸ ਇਨ ਡੀਪਲੀ ਕੁਐਸਚਨ ਹੈ ਇਹ ਪੁੱਛਦੇ ਐਗਜ਼ਾਮ ਵਿੱਚ ਹੁਣ ਗੱਲ ਕਰੀਏ ਕਿ ਦਾਦਾ ਸਾਹਿਬ ਫਾਲਕੇ ਅਵਾਰਡ ਇਸ ਬਾਰੇ ਵੀ ਬਹੁਤ سارے ਕੁਐਸਚਨ ਬਹੁਤ ਬਾਰ ਐਗਜ਼ਾਮ ਵਿੱਚ ਕੁਐਸਚਨ ਆਉਂਦੇ ਨੇ ਦਾਦਾ ਸਾਹਿਬ ਫਾਲਕੇ ਅਵਾਰਡ ਬਾਰੇ ਠੀਕ ਹੈ ਤਾਂ ਕੁਐਸਚਨ ਨੰਬਰ 1 ਦੀ ਗੱਲ ਕਰੀਏ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਅਵਾਰਡ ਦੀ ਸ਼ੁਰੂਆਤ ਕਦੋਂ ਹੋਈ ਸੀ 2012 ਵਿੱਚ ਹੋਈ ਸੀ ਇਹ ਯਾਦ ਰੱਖਿਓ ਐਗਜ਼ਾਮ ਹੋ ਰਿਹਾ ਹੈ ਵੀ ਕੁਐਸਚਨ ਨੰਬਰ 2 ਦੀ ਗੱਲ ਕਰੀਏ 2023 ਦਾਦਾ ਸਾਹਿਬ ਫਾਲਕੇ ਅਵਾਰਡ ਕਿੱਥੇ ਆਯੋਜਿਤ ਕੀਤਾ ਗਿਆ ਸੀ ਮੁੰਬਈ ਮੁੰਬਈ ਵਿੱਚ ਹੁੰਦਾ ਠੀਕ ਹੈ ਇਹ ਯਾਦ ਰੱਖਿਓ ਕਵੈਸਚਨ ਨੰਬਰ 10 ਦੇ ਕਰਕੇ 2023 ਦਾ ਦਾਦਾ ਸਾਹਿਬ ਅਵਾਰਡ ਕਿਸ ਫਿਲਮ ਨੂੰ ਮਿਲਿਆ ਸੀ ਠੀਕ ਹੈ 2023 ਦਾ ਬੈਸਟ ਫਿਲਮ ਸੀ ਜਿਸ ਨੂੰ ਦਾਦਾ ਸਾਹਿਬ ਅਵਾਰਡ ਮਿਲਿਆ ਸੀ ਆਰ ਆਰ ਨੂੰ ਹੀ ਇਹ ਅਵਾਰਡ ਵੀ ਮਿਲਿਆ ਸੀ ਨਿਰਦੇਸ਼ਕ ਰਾਜਾ ਮੋਲੀ ਸੀ ਇਹ ਵੀ ਨੋਟ ਕਰ ਲਿਓ ਠੀਕ ਹੈ ਕਵੈਸਚਨ ਨੰਬਰ 4 ਦੀ ਗੱਲ ਕਰੀਏ ਦਾਦਾ ਸਾਹਿਬ ਫਾਲਕੇ ਬੈਸਟ ਮੂਵੀ ਅਵਾਰਡ ਬੈਸਟ ਮੂਵੀ ਦਾ ਅਵਾਰਡ ਕਿਹਨੂੰ ਮਿਲਿਆ ਸੀ ਦਾ ਕਸ਼ਮੀਰੀ ਫਾਈਲ ਸੀ ਠੀਕ ਹੈ ਅਨੁਪਮ ਖੈਰ ਦੀ ਮੂਵੀ ਹੈ ਤਾਂ ਇਸ ਨੂੰ ਬੈਸਟ ਮੂਵੀ ਅਵਾਰਡ ਦਾ ਦਸਾਈ ਫਾਲਕ ਅਵਾਰਡ ਮਿਲਿਆ ਸੀ ਤੇ ਇਸ ਦਾ ਜਿਹੜਾ ਕਿ ਨਿਊਜ਼ ਵਿੱਚ ਕਾਫੀ ਰਹੀ ਹੈ ਇਹ ਫਿਲਮ ਤਾਂ ਕਰਕੇ ਜਿਹਾ ਨਿਰਦੇਸ਼ਕ ਵੀ ਯਾਦ ਰੱਖੋ ਵਿਵੇਕ ਅਗਨੀਹੋਤਰੀ ਨੇ ਇਹ ਫਿਲਮ ਬਣਾਈ ਸੀ ਓਕੇ ਕੁਐਸਚਨ ਨੰਬਰ 5 ਦੀ ਗੱਲ ਕਰੀਏ ਦਾਦਾ ਸਾਹਿਬ ਫਾਲਕੇ 2023 ਬੈਸਟ ਐਕਟਰ ਅਵਾਰਡ ਕਿਸ ਨੂੰ ਮਿਲਿਆ ਸੀ ਇਹਨਾਂ ਨੂੰ ਵੀਰ ਕਪੂਰ ਨੂੰ ਮਿਲਿਆ ਸੀ ਮੂਵੀ ਕਿਹੜੀ ਹੈ ਬ੍ਰਹਮਾਸਤਰਾ ਜਿਹੜੀ ਕਿ ਬਹੁਤ ਫਲॉप ਫਿਲਮ ਰਹੀ ਹੈ ਬ੍ਰਹਮਾਸਤਰਾ ਠੀਕ ਹੈ ਇਸ ਵਿੱਚ ਰਣਵੀਰ ਕਪੂਰ ਦੀ ਵਧੀਆ ਐਕਟਿੰਗ ਸੀ ਤਾਂ ਕਰਕੇ ਇਸ ਨੂੰ ਅਵਾਰਡ ਮਿਲ ਗਿਆ ਸੀ ਇਸ ਤੋਂ ਬਾਅਦ ਗੱਲ ਕਰੀਏ 6 ਕੁਐਸਚਨ ਨੰਬਰ 6 ਦੀ ਦਾ 10ਵਾਂ ਫਾਲਕੇ 2023 ਦਾ ਬੈਸਟ ਐਕਟ੍ਰੈਸ ਅਵਾਰਡ ਕਿਸ ਨੂੰ ਮਿਲਿਆ ਸੀ ਤਾਂ आलिया भट्ट ਨੂੰ ਮਿਲਿਆ ਸੀ ਦੇਖੋ ਹਾਲ ਹੀ ਰਣਬੀਰ ਸਿੰਘ ਤੇ आलिया भट्ट ਦਾ ਵਿਆਹ ਹੋ ਚੁੱਕਾ ਹੈ ਤਾਂ ਕਰਕੇ ਹੁਣ ਦੋਨੋਂ ਪਤੀ ਪਤਨੀ ਨੂੰ ਅਵਾਰਡ ਹੀ ਮਿਲਿਆ ਸੀ ਤੇ आलिया भट्ट ਨੂੰ ਕਿਹੜੀ ਫਿਲਮ ਵਾਸਤੇ ਮਿਲਿਆ ਸੀ ਗੰਗੋਬਾਈ ਫਿਲਮ ਵਾਸਤੇ ਮਿਲਿਆ ਸੀ ਗੰਗੋਬਾਈ ਬਹੁਤ ਸੋਹਣੀ ਫਿਲਮ ਹੈ ਮੈਂ ਦੇਖੀ ਹੋਈ ਹੈ ਜੇ ਤੁਸੀਂ ਨਹੀਂ ਦੇਖੀ ਤਾਂ ਜ਼ਰੂਰ ਇੱਕ ਵਾਰੀ ਦੇਖੋ ਤਾਂ ਫਿਰ ਸੋਚੋ ਕਿ ਕਿੰਨੀ ਘਾਟ ਫਿਲਮ ਹੈ ਨਾ ਇਸ ਤੋਂ ਬਾਅਦ ਕੁਐਸਚਨ ਨੰਬਰ 7 ਦੀ ਗੱਲ ਕਰੀਏ ਦਾਦਾ ਸਾਈਫ ਫਾਲਕ 2023 ਬੈਸਟ ਨਿਰਦੇਸ਼ਕ ਅਵਾਰਡ ਕਿਸ ਨੂੰ ਮਿਲੇ ਸੀ ਆਰ ਬਾਲਕੀ ਨੂੰ ਮਿਲੇ ਸੀ ਫਿਲਮ ਦਾ ਨਾਮ ਕੀ ਠੀਕ ਹੈ ਚੁੱਪ ਚੁੱਪ ਫਿਲਮ ਨਾਮ ਦਾ ਫਿਲਮ ਬਣਾਈ ਸੀ ਆਰ ਬਾਲਕੀ ਨੇ ਤਾਂ ਉਸ ਨੂੰ ਬੈਸਟ ਨਿਰਦੇਸ਼ਕ ਦਾ ਅਵਾਰਡ ਦਾਦਾ ਸਾਈਫ ਫਾਲਕ ਨੂੰ ਅਵਾਰਡ ਬਲੋ ਦਿੱਤਾ ਗਿਆ ਸੀ ਠੀਕ ਹੈ ਕੁਐਸਚਨ ਨੰਬਰ 8 ਦੀ ਗੱਲ ਕਰੀਏ ਦਾਦਾ ਸਾਈਮ ਬੈਸਟ سپورਟਿੰਗ ਐਕਟਰ ਇਸ ਤਰ੍ਹਾਂ ਦਾ ਨਹੀਂ ਪੁੱਛਿਆ ਹੁੰਦਾ ਤੁਹਾਡੇ ਦੇ ਕੁਐਸਚਨ ਇਗਜ਼ਾਮ ਵਿੱਚ ਬੈਸਟ ਸਿੰਗਰ ਪੁੱਛਿਆ ਜਾ ਸਕਦਾ ਯਾਦ ਰੱਖਿਓ ਦਾਦਾ ਸਾਈਫ ਦਾ ਬੈਸਟ ਸਿੰਗਰ ਕਿਹੜਾ ਸੀ ਜਿਹੜਾ ਮੇਲ ਸੀ ਉਹ ਸੁਚੇਤ ਟੰਡਨ ਹੈ ਤੇ ਜਿਹੜੀ ਫੀਮੇਲ ਹੈ ਨੀਤੀ ਮੋਹਨ ਹੈ ਦੋਨੋਂ ਬੈਸਟ ਸਿੰਗਰ ਨੇ ਦਾਦਾ ਸਾਹਿਬ ਫਾਲਕੇ ਅਵਾਰਡ ਜੇਤਾ ਨੇ ਠੀਕ ਹੈ ਕੁਐਸਚਨ ਨੰਬਰ 10 ਦੀ ਗੱਲ ਕਰੀਏ ਬੈਸਟ ਵੈਬ ਸੀਰੀਜ਼ ਇਹ ਵੀ ਨਹੀਂ ਤੁਹਾਡੇ ਤੋਂ ਐਗਜ਼ਾਮ ਵਿੱਚ ਪੁੱਛਿਆ ਜਾਵੇਗਾ